ਅਸਲਾਮ ਅਲੈਕਮ ਜੀ, ਵੈਲਕਮ ਟੂ ਮਾਡ ਹਰ ਪਿਜਨ। ਸਭ ਤੋਂ ਪਹਿਲੇ ਜਿਨ੍ਹਾਂ ਭਾਈਆਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਦੋ ਤਿੰਨ ਦਿਨ ਵੀਡੀਓ ਨਹੀਂ ਲਾਈ ਕਿਉਂਕਿ ਭਾਈ ਸਰਦੀ ਬਹੁਤ ਜ਼ਿਆਦਾ, ਦਿਲ ਹੀ ਨਹੀਂ ਕਰਦਾ ਘਰ ਤੋਂ ਨਿਕਲਣ 'ਤੇ, ਅਤੇ ਫਿਰ ਕਾਫੀ ਅਸਲ ਹੁਣ ਆਨਲਾਈਨ ਕੰਮ ਹੈ ਅਤੇ ਫਿਰ ਘਰ ਹੀ ਰਹਿਣਾ ਜ਼ਿਆਦਾ, ਬਾਹਰ ਮੈਂ ਨਿਕਲਦਾ ਵੀ ਕੋਈ ਨਹੀਂ। ਇੱਥੇ ਮੁੰਡਾ ਸਾਰਾ ਧਿਆਨ ਕਰ ਲੈਂਦਾ, ਦੋ ਮੁੰਡੇ ਨੂੰ ਧਿਆਨ ਸ਼ਿਆਨ ਕਰ ਲੈਂਦੇ, ਕੋਈ ਟੈਨਸ਼ਨ ਵਾਲੀ ਗੱਲ ਕੋਈ ਨਹੀਂ, ਅਤੇ ਇਸੇ ਵਜ੍ਹਾ ਤੋਂ ਮੈਂ ਬਾਹਰ ਵੀ ਘੱਟ ਵੱਧ ਨਿਕਲਦਾ। ਅਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਭਾਈ ਇੱਕ ਮੈਂ ਗੱਲ ਦੱਸਣੀ ਸੀ ਕਿ ਕਾਫੀ ਭਾਈ ਤੰਗ ਕਰ ਰਹੇ ਸੀ ਕਿ ਸਾਨੂੰ ਕਬੂਤਰ ਚਾਹੀਦੇ ਨੇ, ਪਰਵਾਦੀ ਯੇ ਵੋ ਜੋ ਵੀ ਹੈ। ਭਾਈ ਪਹਿਲੇ ਮੈਂ ਕੰਮ ਕਰਦਾ ਸੀ, ਹੁਣ ਮੈਂ ਕੰਮ ਨਹੀਂ ਕਰ ਰਿਹਾ, ਹੁਣ ਮੈਂ ਕੰਮ ਛੋੜ ਦਿੱਤਾ, ਹੁਣ ਸਿਰਫ ਮੈਂ ਆਨਲਾਈਨ ਕੰਮ ਕਰ ਰਿਹਾ ਭਾਈ। ਕਿਉਂਕਿ ਇਸ ਸਰਦੀ 'ਚ ਵੀ ਅਗਰ ਤੁਸੀਂ ਗੇਮ ਲਿਆਉਣੀ ਹੈ ਨਾ, ਮੋਟਰਸਾਈਕਲ 'ਤੇ ਜਾਓ, ਲੈ ਕੇ ਆਓ, ਸੇਲ ਕਰੋ, ਤਾਂ ਵੀ ਤੁਹਾਨੂੰ ਬਚਣਾ 2,000-3,000। ਭਾਈ ਮੈਂ ਆਨਲਾਈਨ ਕੰਮ ਕਰਕੇ 7-8 ਲੱਖ ਰੁਪਇਆ ਮਹੀਨੇ ਦਾ ਕਮਾ ਰਿਹਾ, ਮੈਨੂੰ ਕਿਹੜੀ ਜ਼ਰੂਰਤ ਹੈ ਫਿਰ ਯੂਟਿਊਬ ਤੋਂ ਜੇ ਜ਼ਲੀਲ ਹੋਣੇ ਦੀ, ਕਿਉਂਕਿ ਕਬੂਤਰ ਲਿਆਓ, ਦਿਓ, ਵਰੋ, ਉਹ ਬੜਾ ਔਖਾ ਕੰਮ ਹੈ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਿਰਫ ਆਪਣੇ ਘਰ ਦੇ ਬੱਚੇ ਸੇਲ ਕਰਾਂਗੇ, ਅਤੇ ਉਸ ਤੋਂ ਇਲਾਵਾ ਕੁਝ ਵੀ ਨਹੀਂ। ਪਲਾਜ਼ੇ ਤੋਂ ਕਬੂਤਰ ਅਗਰ ਫੜੇ ਉਹ ਭਾਈਆਂ ਦੇਵਾਂਗੇ, ਬਾਕੀ ਕੁਝ ਨਹੀਂ। ਸਮਾਂ ਹੁਣ ਸੇਲਿੰਗ ਵਾਲਾ ਕੰਮ ਬਿਲਕੁਲ ਨਹੀਂ ਕਰਨਾ ਭਾਈ, ਬਿਲਕੁਲ ਛੋੜ ਦਿੱਤਾ। ਅਤੇ ਕੋਈ ਵੀ ਭਾਈ ਫਿਰ ਸੇਲਿੰਗ ਦੇ ਵਜ੍ਹਾ ਤੋਂ ਤੰਗ ਨਾ ਕਰੇ, ਜਿਹੜਾ ਭਾਈ ਮੇਰੀ ਵੀਡੀਓ ਵੇਖ ਰਿਹਾ ਉਹਦੀ ਮਿਹਰਬਾਨੀ ਕਿ ਭਾਈ ਮੈਂ ਕਬੂਤਰਾਂ ਦਾ ਕੰਮ ਨਹੀਂ ਕਰ ਰਿਹਾ। ਇਨਸ਼ਾਅੱਲਾ ਅਗਰ ਕੋ ਆਪਣਾ ਬੰਦਾ ਆ ਜਾਂਦਾ ਜਿਹੜਾ ਦੇਣਾ ਚਾਹੁੰਦਾ, ਉਹਦੇ ਹੋਰ ਕਿਸੇ ਅੱਗੇ ਵਿਕਵਾ ਦਾਂਗਾ, ਲੇਕਿਨ ਆਪਣੀ ਹੁਣ ਮੈਂ ਵੀਡੀਓ ਨਹੀਂ ਲਾਉਣੀ। ਕੋਈ ਵੀ ਮਤਲਬ ਬੱਚਿਆਂ ਦੀ ਲਾ ਦਾਂਗਾ, ਆਪਣੇ ਜਿਹੜੇ ਘਰ ਦੇ ਬੱਚੇ ਨੂੰ ਉਹ ਜ਼ਰੂਰ ਸੇਲ ਕਰਾਂਗਾ, ਉਹ ਭਾਈਆਂ ਨਾਲ ਸ਼ੇਅਰ ਕਰਾਂਗਾ, ਕਿਉਂਕਿ ਉਹਨਾਂ ਦਾ ਮੈਨੂੰ ਪਤਾ ਹੁੰਦਾ। ਕਿਉਂਕਿ ਅਕਸਰ ਇਸ ਤਰ੍ਹਾਂ ਦੇ ਵੀ ਕਬੂਤਰ ਆ ਜਾਂਦੇ, ਨਹੀਂ ਉੱਡਦੇ ਬੰਦਿਆਂ ਕੋਲ, ਫਿਰ ਉਹ ਵੀ ਗਾਲਾਂ, ਹਰ ਪਾਸੇ ਮਤਲਬ ਭਾਈ ਬਦਨਾਮੀ ਬਦਨਾਮੀ ਹੈ। ਅਗਰ ਇੱਕ ਚੀਜ਼ ਤੁਹਾਡੇ ਕੋਲ ਪਲੇਟਫਾਰਮ ਹੈ ਭਾਈ, ਕਿਸੇ ਦਾ ਕੋਈ ਨੁਕਸਾਨ ਨਹੀਂ, ਨਾ ਟੈਨਸ਼ਨ, ਨਾ ਗੱਲ, ਨਾ ਬਾਤ, ਮੈਂ ਫਿਰ ਉਹ ਜੁਆਇਨ ਕੀਤਾ ਭਾਈ VRC। ਇੱਥੋਂ ਮੈਂ ਮਹੀਨੇ ਦਾ ਭਾਈ 5-6 ਲੱਖ ਕਮਾ ਰਿਹਾ, ਹੋਰ ਤੋਂ 3 ਐਪਾਂ ਮੈਂ ਜਿਹਦੇ 'ਤੇ ਕੰਮ ਕਰ ਰਿਹਾ। ਉਸ ਤੋਂ ਬਾਅਦ ਹੁਣ ਇਨਸ਼ਾਅੱਲਾ ਨੈਕਸਟ ਐਪ ਆ ਰਹੀ, ਉਹਦੇ 'ਤੇ ਫ੍ਰੀ ਕੰਮ ਕਰਾਂਗਾ, ਫ੍ਰੀ ਜੁਆਇਨਿੰਗ ਹੋਏਗੀ, ਮਤਲਬ ਕੋਈ ਪੈਸਾ ਨਹੀਂ ਲੱਗੇਗਾ ਅਤੇ ਬਿਲਕੁਲ ਫ੍ਰੀ 'ਚ। ਉਹ ਮੈਂ ਉਮੀਦ ਕਰਨਾ ਕਿ ਜਿਹੜੇ ਬੰਦੇ ਸੁਣ ਰਹੇ ਉਹ ਜ਼ਰੂਰ ਜੁਆਇਨ ਕਰਨ, ਕਿਉਂਕਿ ਹਰ ਬੰਦਾ ਇਨਵੈਸਟਮੈਂਟ ਨਹੀਂ ਕਰ ਸਕਦਾ। VRC 'ਚ ਇਨਵੈਸਟਮੈਂਟ ਹੈ, ਇਹਦੇ 'ਚ ਤੁਸੀਂ ਤਕਰੀਬਨ 80,000 ਰੁਪਏ ਲਾਉਂਦੇ ਹੋ ਅਤੇ ਤੁਹਾਨੂੰ ਮਹੀਨੇ ਦਾ 18,000-20,000 ਮਿਲਦਾ ਹੈ। ਇਹ 20 ਸਾਲ ਦਾ ਪ੍ਰੋਜੈਕਟ ਹੈ, 20 ਸਾਲ ਤੱਕ ਤੁਹਾਨੂੰ ਮਿਲਦਾ ਰਹਿਣਾ ਹੈ। ਮਤਲਬ ਸੋ ਸਿਰਫ ਇੱਕ ਦਫਾ ਚੈਕਿੰਗ ਕਰਨੀ ਹੈ, ਪੈਸਾ ਲਾਉਣਾ, ਅੱਗੋਂ ਤੁਹਾਨੂੰ ਪੈਸਾ ਖੁਦ ਬ ਖੁਦ ਮਿਲਦੇ ਰਹਿਣਾ, ਮਿਲਦੇ ਰਹਿਣਾ ਹੈ। ਇੱਕ ਪੈਸੇ ਮੀਂਹ ਦੇ ਕੇ ਘੱਟ ਮਿਲਦੇ ਨੇ, ਕਿਉਂਕਿ ਪੈਸੇ ਜਿਹੜੇ ਵਿਖਾਉਂਦੇ ਨਾ ਆਪਾਂ ਸਬਜ਼ ਵਾਗ ਕੇ ਭਾਈ ਤੁਸੀਂ 1,00,000 ਲਾਓ ਤਾਂ ਤੁਹਾਨੂੰ 30,000-40,000-50,000 ਮਹੀਨੇ ਦਾ ਮਿਲੇਗਾ, ਉਹ ਭਾਈ ਸਬਜ਼ ਬਾਗ ਨੇ, ਉਹ ਐਪਾਂ ਨੱਸ ਜਾਂਦੀਆਂ ਨੇ। ਅਤੇ ਕੋਸ਼ਿਸ਼ ਕਰੋ ਇੱਕ ਸਿਕਿਓਰ ਸਿਸਟਮ 'ਤੇ ਲਾਓ, ਜਿਹੜੀ ਵੀ ਐਪ 'ਤੇ ਤੁਸੀਂ ਲਾ ਰਹੇ ਹੋ ਡੀਸੈਂਟਰਲਾਈਜ਼ ਐਪ ਹੋਵੇ ਅਤੇ ਉਸ 'ਤੇ ਤੁਸੀਂ ਲਾ ਸਕਦੇ ਹੋ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਭਾਈਆਂ ਨੂੰ ਮਸਲਾ ਨਹੀਂ ਬਣਨ ਲੱਗਾ। ਅਤੇ ਉਮੀਦ ਕਰਨਾ ਭਾਈਆਂ ਇਹ ਸਾਰੇ ਵੀਡੀਓ ਵੇਖ ਕੇ ਇੱਕ ਬਾਅਦ ਮੈਨੂੰ ਮੈਸੇਜ ਨਹੀਂ ਕਰਨਗੇ ਕਿ ਕੋਈ ਸੇਲਿੰਗ ਵਾਲਾ ਜਾਂ ਇਸ ਤਰ੍ਹਾਂ ਦਾ ਕੰਮ ਨਹੀਂ ਹੈ। ਹਾਂ, ਆਨਲਾਈਨ ਵਰਕ ਕਰਨਾ ਚਾਹੁੰਦਾ, ਪਿਛਾ ਕੋਈ ਜਿਸ ਮਰਜ਼ੀ ਫੀਲਡ 'ਚ ਜਾਣਾ ਚਾਹੁੰਦਾ, ਕਰ ਰਿਹਾ, ਉਹ ਮੇਰੇ ਨਾਲ ਸ਼ੇਅਰ ਕਰ ਸਕਦਾ। ਅਗਰ ਮੈਨੂੰ ਸਮਝ ਹੋਏਗੀ ਮੈਂ ਜ਼ਰੂਰ ਦੱਸਾਂਗਾ ਕਿ ਭਾਈ ਇਹ ਕੰਮ ਠੀਕ ਹੈ ਜਾਂ ਨਹੀਂ ਠੀਕ। ਜਿਹੜਾ ਮੇਰੀ ਟੀਮ ਦਾ ਹਿੱਸਾ ਬਣਨਾ ਚਾਹੇ ਉਹ ਮੇਰੇ ਨਾਲ ਵਰਕ ਕਰ ਸਕਦਾ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਸ ਨੂੰ ਉਸ ਤਰੀਕੇ ਨਾਲ ਵੀ ਗਾਈਡ ਕੀਤਾ ਜਾਏਗਾ। ਅਤੇ ਸਾਰੇ ਦੁਆਵਾਂ ਜ਼ਰੂਰ ਯਾਦ ਰੱਖਿਆ ਅਤੇ ਦੁਆ ਕਰਦੇ ਰਹੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਾਨੂੰ ਆਨਲਾਈਨ ਫੀਲਡ 'ਚ ਕਾਮਯਾਬੀ ਮਿਲੇ ਅਤੇ ਭਾਈਆਂ ਨੂੰ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸ਼ੇਅਰ ਕਰਦੇ ਰਹਾਂਗੇ, ਜ਼ਰੂਰ ਸ਼ੇਅਰ ਕਰਦੇ ਰਹਾਂਗੇ। ਅੱਲਾ ਹਾਫਿਜ਼।